ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਂਸਲ ਹੋ ਗਈ। ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ, ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆ ਵਾਲੀ, ਉਹ ਵੀ ਲਗਭਗ ਕੈਂਸਲ ਹੋ ਗਈ, ਕਿਉਂਕਿ ਇੱਥੋਂ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ੍ਹ ਇੰਟਰਵਿਊ ਸੀ। ਮਾਲਵੇ ਦੇ ਲੋਕਾਂ ਨੂੰ ਦਿੱਲੀ ਨਾਲ ਅਸਮਾਨ ਦੇ ਰਸਤੇ ਸਿੱਧਾ ਜੋੜਨ ਵਾਲਾ ਬਠਿੰਡਾ ਦਾ ਏਅਰਪੋਰਟ ਬੀਤੇ ਦਿਨੀ ਮੁੜ ਚਰਚਾ ਦੇ ਵਿੱਚ ਆ ਗਿਆ, ਜਦੋਂ ਬਠਿੰਡਾ ਏਅਰਪੋਰਟ ਤੋਂ ਦੇਰ ਸ਼ਾਮ ਦਿੱਲੀ ਜਾਣ ਵਾਲੀ ਫਲਾਈਟ ਅਚਾਨਕ ਰੱਦ ਕਰ ਦਿੱਤੀ ਗਈ। ਫਲਾਈਟ ਰੱਦ ਹੋਣ ਦਾ ਯਾਤਰੀਆਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਬਠਿੰਡਾ ਏਅਰਪੋਰਟ ਤੇ ਪਹੁੰਚ ਕੇ ਬੋਰਡਿੰਗ ਪਾਸ ਲੈ ਚੁੱਕੇ ਸਨ। ਕਰੀਬ 2 ਦਰਜਨ ਯਾਤਰੀਆਂ ਨੇ ਇਸ ਫਲਾਈਟ ਰਾਹੀਂ ਦਿੱਲੀ ਜਾਣਾ ਸੀ, ਪਰ ਅਚਾਨਕ ਫਲਾਈਟ ਰੱਦ ਹੋਣ ਕਾਰਨ ਪਰੇਸ਼ਾਨੀਆਂ ਦੇ ਵਿੱਚ ਘਿਰੇ ਯਾਤਰੀਆਂ ਨੇ ਦੋਸ਼ ਲਗਾਇਆ ਕਿ ਏਅਰਪੋਰਟ ਅਥਾਰਟੀ ਵੱਲੋਂ ਫਲਾਈਟ ਕੈਂਸਲ ਕੀਤੇ ਜਾਣ ਸੰਬੰਧੀ ਉਹਨਾਂ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ। ਸਗੋਂ ਜਦੋਂ ਉਹ ਏਅਰਪੋਰਟ ਤੇ ਪਹੁੰਚ ਕੇ ਬੋਰਡਿੰਗ ਪਾਸ ਲੈ ਚੁੱਕੇ ਸਨ, ਉਸ ਸਮੇਂ ਏਅਰਪੋਰਟ ਅਥਾਰਟੀ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਫਲਾਈਟ ਕੈਂਸਲ ਕਰ ਦਿੱਤੀ ਗਈ ਹੈ। ਇਹਨਾਂ ਯਾਤਰੀਆਂ ਦੇ ਵਿੱਚ ਕਈ ਯਾਤਰੀ ਅਜਿਹੇ ਵੀ ਸਨ ਜਿਨ੍ਹਾਂ ਵੱਲੋਂ ਬਠਿੰਡਾ ਤੋਂ ਦਿੱਲੀ ਅਤੇ ਦਿੱਲੀ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਲੈਣੀਆਂ ਸਨ, ਪਰ ਬਠਿੰਡਾ ਤੋਂ ਫਲਾਈਟ ਕੈਂਸਲ ਹੋਣ ਕਾਰਨ ਉਹਨਾਂ ਨੂੰ ਆਪਣੀਆਂ ਇੰਟਰਨੈਸ਼ਨਲ ਫਲਾਈਟ ਕੈਂਸਲ ਵੀ ਕਰਨੀਆਂ ਪਈਆਂ। ਤਾਂ ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ ਤੇ ਨਾ ਹੀ ਉਹ ਇਸ ਸਮੇਂ ਬਾਏ ਰੋਡ ਦਿੱਲੀ ਪਹੁੰਚ ਸਕਦੇ ਸਨ। ਫਲਾਈਟ ਕੈਂਸਲ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਪਰੇਸ਼ਾਨ ਯਾਤਰੀਆਂ ਨੇ ਏਅਰਪੋਰਟ ਅਥਾਰਟੀ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ। ਇੱਥੇ ਆਏ, ਇੱਥੇ ਘੰਟਾ ਅਸੀਂ ਵੇਟ ਫੇਰ ਕਰ ਰਹੇ ਹਾਂ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਂਸਲ ਹੋ ਗਈ। ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ, ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ, ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆ ਵਾਲੀ, ਉਹ ਵੀ ਲਗਭਗ ਕੈਂਸਲ ਹੋ ਗਈ, ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ, ਅਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ। ਏਅਰਪੋਰਟ ਅਥਾਰਟੀ, ਬਠਿੰਡਾ ਏਅਰਲਾਈਨ, ਇਹਨਾਂ ਹਰਜਾਨਾ ਭਰੇ ਅਤੇ ਇਹਨਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਏਅਰਪੋਰਟ ਅਥਾਰਟੀ ਨੂੰ, ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ, ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ। ਜਿਨ੍ਹਾਂ ਦੇ ਦਿੱਲੀ ਕੱਲ੍ਹ ਇੰਟਰਵਿਊ ਸੀ, ਕਈ ਤਰ੍ਹਾਂ ਦੇ ਪੇਪਰ ਸੀ, ਕਿਸੇ ਨੇ ਹੋਰ ਅੱਗੇ ਇੰਟਰਨੈਸ਼ਨਲ ਫਲਾਈਟ 'ਤੇ ਜਾਣਾ ਸੀ, ਬਹੁਤ ਵੱਡਾ ਇਹਨਾਂ ਨੇ ਅਣਗਹਿਲੀ ਵਰਤੀ ਹੈ ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ। ਸਾਡੀ ਬੁਕਿੰਗ ਸੀਗੀ ਅੱਜ ਦੀ, ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇਅ ਕਰਤੀ। ਡਿਲੇਅ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 7 ਵਜੇ ਕਹਿ ਤਾ ਬਈ ਕੈਂਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ, ਆਪਣਾ ਮਲੇਸ਼ੀਆ ਲਈ, ਅਤੇ ਉਸ ਕਰਕੇ ਸਾਨੂੰ ਹੁਣ ਕੈਂਸਲ ਕਰਨੀ ਪਈ। ਕੈਂਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਏਗੀ। ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ, ਇੰਨਾ ਸਾਡਾ ਨੁਕਸਾਨ ਹੋਇਆ, ਸਾਡਾ 20-25 ਹਜ਼ਾਰ ਰੁਪਇਆ ਐਵੇਂ ਗਿਆ ਮੇਰੇ ਜੋ ਉਸ ਲਈ ਏਅਰਪੋਰਟ ਅਥੋਰਟੀ ਨੂੰ, ਅਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਅਤੇ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ, ਸਾਡੇ ਦੇ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20-25 ਜਣੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ, ਇੰਟਰਨੈਸ਼ਨਲ ਫਲਾਈਟ ਸੀ, ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਂਸਲ ਹੋ ਗਈ ਹੈ। ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚੱਲੇ ਇਸ ਤੋਂ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਖਾਸ ਰਿਪੋਰਟ।